ਬੇਸ਼ੱਕ ਹਰਿਆਣਾ ਨੂੰ ਸਿੱਖਿਆ ਦਾ ਹੱਬ ਬਣਾਉਣ ਲਈ ਕਾਂਗਰਸ ਕਾਫੀ ਸਮੇਂ ਤੋਂ ਦਾਵਾ ਕਰ ਰਹੀ ਸੀ ਪਰ ਅਸਲ ਤਸਵੀਰ ਕੁਝ ਹੋਰ ਹੈ। ਹਰਿਆਣਾ ਦੇ ਪਾਣੀਪਤ ਦੇ ਪਿੰਡ ਖੁਖਰਾਣਾ ਵਿੱਚ ਇੱਕ ਅਜਿਹਾ ਪ੍ਰਾਇਮਰੀ ਸਕੂਲ ਹੈ ਜਿੱਥੇ ਮੁੱਢਲੀਆਂ ਸਹੂਲਤਾਂ ਵੀ ਨਹੀਂ, ਸਕੂਲ ਦੀ ਬਿਲਡਿੰਗ ਕਿਸੇ ਖੰਡਰ ਤੋਂ ਘੱਟ ਨਹੀਂ ਹੈ। ਕਮਰਿਆਂ ਦੀਆਂ ਛੱਤਾਂ ਦੀ ਹਾਲਤ ਬੁਰੀ ਹੈ ਅਤੇ ਕੰਧਾਂ ਵੀ ਖਸਤਾ ਹਾਲਤ ਦੇ ਵਿੱਚ ਨੇ। ਸਕੂਲ ਦੀ ਇਮਾਰਤ ਕਿਸੇ ਵੇਲੇ ਵੀ ਵਿਦਿਆਰਥੀਆਂ ਦੇ ਲਈ ਵੱਡੀ ਮੁਸੀਬਤ ਖੜੀ ਕਰ ਸਕਦੀ ਹੈ। ਆਲਮ ਇਹ ਹੈ ਕਿ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ ਵੀ ਨਹੀਂ। ਅਜਿਹਾ ਨਹੀਂ ਕਿ ਸਿੱਖਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਸਕੂਲ ਦੀ ਹੋਣੀ ਤੋਂ ਜਾਣੂ ਨਹੀਂ, ਪਰ ਤਰਾਸਦੀ ਇਹ ਹੈ ਕਿ ਇਸ ਦੇ ਬਾਵਜੂਦ ਵੀ ਇਸ ਪਾਸੇ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਖਬਰੋਂ ਕੀ ਦੁਨੀਆ ਮੇ ਆਈਏ, ਹਮਾਰੇ ਸਾਥ ਕਹੀਂ ਭੀ ਔਰ ਕਭੀ ਭੀ ਜੁੜੀਏ। ਹਮ ਮਿਲੇਂਗੇ ਫੇਸਬੁੱਕ ਪਰ, हम दिखेंगे YouTube पर, हमें फॉलो कीजिए Twitter पर। खबरों के साथ बने रहिए रात दिन।